ਕਰਦਾ ਸਵੈਗ ਮੁੰਡਾ ਫੋਲੋ ਮਾਰਦਾ ਤਾਈਓ ਜਾਸੀ ਉੱਤੇ ਮਾਰਦੀ ਐ ਕੁੜੀ ਆਣ ਦੀ ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਪੈਨ ਹੋਈ ਖੱਟ ਵਾਲੇ ਮਾਰਦੀ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਸਾਰੇ ਦੇ ਸਾਰੇ ਠੀਕ ਠਾਕ ਹੋ? ਅੱਜ ਆਪਾਂ ਜਸ ਪਰਮਿੰਦਰ ਬਾਈ ਦਾ ਸੌਂਗ ਲੈ ਕੇ ਆਏ ਜੀ, ਫੈਨ ਬੱਬੂ ਮਾਨ ਦਾ। ਤੇ ਮੇਰੇ ਵੀਰ ਦਾ ਕਿਸੇ ਦਾ ਕਾਫੀ ਵਾਰ ਕਮੈਂਟ ਆਇਆ ਹੋਇਆ ਸੀਗਾ ਤੇ ਸੌਂਗ ਤੇ ਰੈਕਟ ਕੀਤਾ ਜਾਵੇ, ਦੇਖਦੇ ਹਾਂ ਸੌਂਗ ਕਿੱਦਾਂ ਦਾ ਵਾ। ਕਾਫੀ ਟਾਈਮ ਤੋਂ ਕਮੈਂਟ ਆਇਆ ਸੀਗਾ ਡਿਲੇ ਹੋ ਗਈ ਸੌਂਗ, ਕਿਉਂਕਿ ਮਾਨ ਸਾਹਿਬ ਦਾ ਗਾਣਾ ਪਰਸੋਂ ਆਇਆ ਸੀਗਾ ਲੋਹੜੀ ਸੌਂਗ ਹੈ ਨਾ, ਉਹ ਵੀ ਬੋਕਦੇ ਸੀਗਾ ਤੇ ਉਹ ਫਿਰ ਨਵਾਂ ਇਸ ਤਰ੍ਹਾਂ ਕਰਕੇ ਨਹੀਂ ਤਾਂ ਇਹ ਵੀ ਰੈਕਟ ਕਰਨਾ ਸੀ। ਬਾਕੀ ਦੇਖਦੇ ਹਾਂ ਗਾਣਾ ਕਿੱਦਾਂ ਦਾ, ਜੁੜੇ ਰਹੋ ਵੀਡੀਓ ਦੇ ਨਾਲ। ਚੰਡੀਗੜ੍ਹ ਵਾਲੀ ਨੂੰ ਵੀ ਟਾਲੀ ਜਾਂਦੇ ਆ, ਬੱਬੂ ਮਾਨ ਕਰਕੇ ਮੋਹਾਲੀ ਜਾਂਦੇ ਆ, ਮੰਨਿਆ ਕੇ ਬੰਬੇ ਵਾਲੇ ਹੀਰੋ ਆਪਣੇ, ਸੁਣਿਆ ਮੈਂ ਬੰਬੇ ਵਾਲੇ ਹੀਰੋ ਆਪਣੇ, ਭਾਵੇਂ ਗੱਲ ਵੱਖਰੀ ਅਮੀਰ ਖਾਨ ਦੀ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੱਟ ਵਾਲੇ ਮਾਂ ਦੀ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੱਟ ਵਾਲੇ ਮਾਂ ਦੀ। ਕਦੇ ਨਾ ਵਜਣੀ ਬੜੀ ਜਾਂਦੀ ਏ ਤੂਫਾਨ ਦੀ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੰਡ ਵਾਲੇ ਮਾਂ ਦੀ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੰਡ ਵਾਲੇ ਮਾਂ ਦੀ। ਇਸ਼ਕਪੁਰੇ ਚ ਵਸੇ ਯਾਰ ਯਾਰਾਂ ਦਾ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੱਟ ਵਾਲੇ ਮਾਂ ਦੀ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੱਟ ਵਾਲੇ ਮਾਂ ਦੀ। ਦਿਲ ਵਾਲਾ ਭੇਤ ਨਾ ਕਿਸੇ ਨੂੰ ਦੱਸਦਾ, ਸੁੱਖ ਦੁਨੀਆ ਤਾਂ ਸੱਚ ਵਿੱਚ ਪਾ ਕੇ ਛਾਣਦੀ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੰਡ ਵਾਲੇ ਮਾਂ ਦੀ, ਮਿੱਤਰਾਂ ਦੀ ਜੋੜੀ ਉਹਨਾਂ ਫੁੱਟ ਬੈਠੂਗੀ ਜਿਹੜੀ ਭੈਣ ਹੋਈ ਖੰਡ ਵਾਲੇ ਮਾਂ ਦੀ। ਕਿਹਾ ਬਾਤ ਹੈ, ਬਹੁਤ ਸੋਹਣਾ ਗਾਇਆ ਗਾਣਾ ਹੈ ਨਾ। ਬਹੁਤ ਵਧੀਆ ਗਾਣਾ ਗਾਇਆ ਸੀ ਬਾਈ ਨੇ। ਤੇ ਅੱਗੇ ਆਪਾਂ ਸੁਣਦੇ ਹਾਂ ਵੀ ਮੈਨੂੰ ਏਦਾਂ ਲੱਗਿਆ ਸੀ ਜਿਹੜਾ ਸੌਂਗ ਦਾ ਨਾਮ ਸੀ ਜੱਟ ਫੈਨ ਬੱਬੂ ਮਾਨ ਦਾ, ਵੀ ਆਪਣੀ ਗੱਲ ਵੀ ਕਰਨਗੇ ਉਹਨਾਂ ਨੇ ਆਪਣੀ ਮਤਲਬ ਜ਼ਿੰਦਗੀ ਬਿਤਾਉਣੀ ਉਹਨੂੰ ਲਾ ਲਓ ਹੈ ਨਾ, ਵੀ ਆਪਣੀ ਵਾਈਫ ਬਾਰੇ ਕਿਹਾ ਵਾ ਵੀ ਜੋ ਫੈਨ ਹੋਊਗੀ ਆਪਾਂ ਉਹਦੇ ਨਾਲ ਵਿਆਹ ਹੋਣਾ ਉਹਦੇ ਨਾਲ, ਹੈ ਨਾ ਏਦਾਂ ਬਾਈ ਸੀਗਾ। ਬਿਲਕੁਲ ਬਹੁਤ ਵਧੀਆ ਗਾਣਾ ਸੀਗਾ ਦੋਸਤੋ। ਤੇ ਕੁੜੀਆਂ ਵੀ ਬਹੁਤ ਫੈਨ ਨੇ ਬਾਈ ਦੀਆਂ ਨਾ, ਤੇ ਕਿਉਂਕਿ ਉਹ ਬਿਲਕੁਲ ਕੁੜੀ ਰਿਸਪੈਕਟ ਕਰਦੇ ਨੇ, ਚਾਹੇ ਸਟੇਜ ਤੋਂ ਲਾਈਵ ਦੇਖ ਲਓ ਚਾਹੇ ਬੈਕਗਰਾਉਂਡ ਤੋਂ, ਮਤਲਬ ਪੰਜ ਕੁੱਲੇ ਦੇਖ ਲਾ ਕੰਨੇ ਕੁੜੀਆਂ ਉਹਨੇ ਮੁੰਡੇ ਉਹਨੇ ਕੁੜੀ ਗੱਲ ਉਹਨਾਂ ਨੇ ਕਿਹਾ ਸਾਰੇ ਅੱਗੇ ਆ ਜਾਓ ਹੈ ਨਾ, ਉਹਨਾਂ ਨੇ ਕਿਹਾ ਸੀਗਾ ਕਿ ਅੱਗੇ ਆ ਜਾਓ, ਤੇ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਜਿਹੜੇ ਕਮੇਟੀ ਵਾਲੇ ਹੋਣਗੇ ਨਾ, ਜਿਹਨਾਂ ਨੇ ਪ੍ਰੋਗਰਾਮ ਕਰਾਇਆ ਪ੍ਰਬੰਧਕ ਹੋਣ, ਉਹਨਾਂ ਨੂੰ ਕਿਹਾ ਸੀਗਾ ਵੀ ਕੁੜੀਆਂ ਵਾਸਤੇ ਅਲੱਗ ਹੋਵੇ ਨਾ ਪੰਡਾਲ ਜਿਹੜਾ ਹੁੰਦਾ ਪੂਰਾ ਲੱਗਿਆ ਮੁੰਡੇ ਦੇ ਸਾਹਮਣੇ, ਤੇ ਮੁੰਡਿਆਂ ਵਾਸਤੇ ਅਲੱਗ ਹੋ ਗਏ ਉਹਨਾਂ ਨੇ ਉਹ ਕੀਤਾ ਸੀਗਾ ਨਾ ਵੀ ਤਾਂ ਜੋ ਹੋ ਸਕੇ ਤਾਂ ਬੜਾ ਵਧੀਆ ਨਾ, ਕਿਉਂਕਿ ਸਾਰਾ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਨਾ। ਬਿਲਕੁਲ। ਸੋ ਦੋਸਤੋ ਗਾਣਾ ਬਹੁਤ ਵਧੀਆ ਸੀਗਾ, ਬਾਈ ਨੇ ਮਾਨ ਸਾਹਿਬ ਬਾਰੇ ਤਰੀਫ ਕੀਤੀ ਹੈ, ਮਾਨ ਸਾਹਿਬ ਵੀ ਨਾ ਬਿਲਕੁਲ ਮਾਨ ਸਾਹਿਬ ਤਰੀਫ ਦੇ ਯੋਗ ਨੇ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਪੂਰੀ ਇੰਡਸਟਰੀ ਫੈਨ ਹੈ ਨਾ ਮਾਨ ਸਾਹਿਬ ਦੀ। ਹਾਂ ਬਿਲਕੁਲ, ਤੁਸੀਂ ਦੇਖਿਆ ਹੋਣਾ ਵੀ ਪਹਿਲਾ ਸਿੰਗਰ ਆ, ਨਹੀਂ ਤਾਂ ਕੋਈ ਸਿੰਗਰ ਨਹੀਂ ਹੈਗਾ ਜਿਹਦੇ ਤੇ ਇੰਨੇ ਜ਼ਿਆਦਾ ਗਾਣੇ ਆਏ ਹੋਣ, ਹੈ ਨਾ ਬਹੁਤ ਗਾਣੇ ਆ, ਬੜੀ ਵੱਡੀ ਗੱਲ ਆ ਵੀ ਕਿਸੇ ਇੱਕ ਸਿੰਗਰ ਤੇ ਇੰਨੇ ਜ਼ਿਆਦਾ ਗਾਣੇ ਬਣਨੇ, ਹੈ ਨਾ।
ਉਹ ਵੀ ਹਰ ਇੱਕ ਗੱਲ ਫੈਨ ਬੱਬੂ ਮਾਨ ਦਾ, ਫੈਨ ਬੱਬੂ ਮਾਨ ਦੇ, ਫੈਨ ਬੱਬੂ ਮਾਨ ਦਾ, ਇੱਦਾਂ ਕਿੰਨੇ ਗਾਣੇ ਨੇ, ਹੈ ਨਾ। ਸੋ ਦੋਸਤੋ ਬਹੁਤ ਵਧੀਆ ਗਾਣਾ ਸੀਗਾ ਅਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ।